ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਹਿਜ ਪਾਠ ਜ਼ਰੂਰ ਅਟੈਂਡ ਕਰੋ ਔਰ ਆਪਣੇ ਬੱਚਿਆਂ ਨੂੰ ਅਸੀਂ ਅਵੇਅਰ ਕਰ ਸਕੀਏ ਕਿਸ ਤਰ੍ਹਾਂ ਸਾਡੇ ਗੁਰੂਆਂ ਨੇ ਸ਼ਹੀਦੀ ਬੱਚੇ ਸ਼ਹੀਦ ਕਰਵਾਏ ਜਿਹੜਾ ਕਿ ਕੌਮ ਦੇ ਵਾਸਤੇ ਸੀ। ਅਸੀਂ ਦੇਖਦੇ ਹਾਂ ਕਿ ਜੀਸਸ ਕ੍ਰਾਈਸਟ ਦੀ ਸ਼ਹੀਦੀ ਨੂੰ ਤਾਂ ਦੇਖਿਆ ਜਾਂਦਾ ਪਰ ਸਾਡੇ ਆਪਣੇ ਜਿਹੜੇ 7-7 9-9 ਸਾਲ ਦੇ ਬੱਚੇ ਦੁਆਰਾ ਚਲਾਏ ਗਏ ਜੁਝਾਰੂ ਜਿਹੜੇ ਕਿ ਵਾਰ 'ਚ ਚਮਕੌਰ ਦੀ ਵਾਰ 'ਚ ਸ਼ਹੀਦ ਹੋਏ ਉਹ ਮੈਸੇਜ ਜਿਹੜਾ ਬਹੁਤ ਇੰਪੋਰਟੈਂਟ ਹੈ। ਘੱਟੋ ਘੱਟ 7 ਦਿਨ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਦਿਹਾੜਾ ਨਾ ਲੰਘਣ ਦੇਈਏ ਜਿਹਦੇ 'ਚ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਸਿੱਖ ਧਰਮ ਨਾਲ ਨਾ ਜੋੜ ਸਕੀਏ। ਪਹਿਲੀ ਗੱਲ ਤਾਂ ਅਸੀਂ ਜਿੰਨਾ ਚਿਰ ਮਰਿਆਦਾ ਨੂੰ ਨਹੀਂ ਅਪਣਾਉਂਦੇ ਉਨ੍ਹਾਂ ਚਿਰ ਅਸੀਂ ਕੁਛ ਨਹੀਂ ਕਰ ਸਕਦੇ। ਸਾਨੂੰ ਸਭ ਤੋਂ ਪਹਿਲਾਂ ਜੋ ਗੁਰੂ ਮਹਾਰਾਜ ਦੇ ਘਰ ਤੋਂ ਸਾਨੂੰ ਮਰਿਆਦਾ ਦਾ ਦੂਜਾ ਬੰਧਨ 'ਚ ਅਸੀਂ ਬੰਨੇ ਜਿਸ ਮਰਿਆਦਾ ਦੀ 'ਚ ਸਾਨੂੰ ਉਹ ਅਡਾਪਟ ਕਰਨੀ ਚਾਹੀਦੀ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾ, ਡੇਲੀ ਪੋਸਟ ਪੰਜਾਬੀ, ਤੁਹਾਡਾ ਸਵਾਗਤ ਹੈ ਜੀ। ਇਸ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਵਿਖੇ ਮੌਜੂਦ ਹਾਂ ਜੀ। ਮੇਰੇ ਨਾਲ ਪ੍ਰਬੰਧਕ ਕਮੇਟੀ ਮੈਂਬਰ ਨੇ ਔਰ ਸ਼ਹੀਦੀ ਦਿਹਾੜੇ ਚੱਲ ਰਹੇ ਆ ਜੀ, ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਆਰੰਭ ਕਰਾਏ ਗਏ ਆ ਔਰ ਸ਼ਾਮਾਂ ਦਾ ਟਾਈਮ ਆ ਜੀ। ਸੋ ਪ੍ਰਧਾਨ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੋ ਪ੍ਰਧਾਨ ਜੀ, ਸ਼ਹੀਦੀ ਦਿਹਾੜੇ ਚੱਲ ਰਹੇ ਆ ਜੀ, ਕੀ ਕਹਿਣਾ ਚਾਹੋਗੇ ਸੰਗਤਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਅਸੀਂ ਯਾਦ ਦਿਲਾਉਣਾ ਚਾਹੁੰਦੇ ਹਾਂ ਕਿ ਇਹ ਦਿਨ ਜਿਹੜੇ ਨੇ ਬੜੇ ਇੰਪੋਰਟੈਂਟ ਡੇਜ਼ ਹੈਗੇ ਨੇ ਸ਼ਹੀਦੀ ਸਾਕੇ ਦੇ। ਤਾਂ ਖਾਸ ਤੌਰ 'ਤੇ ਜਦੋਂ ਸ਼ਹੀਦਾਂ ਦੀ ਯਾਦ 'ਚ ਸਿੱਖ ਵਿੱਚੋਂ ਸੈਂਟਰ 'ਚ ਸਹਿਜ ਪਾਠ ਰਖਾਏ ਗਏ ਨੇ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਹਿਜ ਪਾਠ ਜ਼ਰੂਰ ਅਟੈਂਡ ਕਰੋ ਔਰ ਆਪਣੇ ਬੱਚਿਆਂ ਨੂੰ ਅਸੀਂ ਅਵੇਅਰ ਕਰ ਸਕੀਏ ਕਿ ਕਿਸ ਤਰ੍ਹਾਂ ਸਾਡੇ ਗੁਰੂਆਂ ਨੇ ਸ਼ਹੀਦੀ ਬੱਚੇ ਸ਼ਹੀਦ ਕਰਵਾਏ ਜਿਹੜਾ ਕਿ ਕੌਮ ਦੇ ਵਾਸਤੇ ਸੀ। ਅੱਜ ਇਹ ਮੈਸੇਜ ਅਸੀਂ ਚਾਹੁੰਦੇ ਕਿ ਆਲ ਓਵਰ ਦਾ ਵਰਲਡ ਪਹੁੰਚੇ। ਹਾਲੇ ਵੀ ਜਿਹੜਾ ਵਰਲਡ 'ਚ ਨੌਰਥ ਅਮੈਰੀਕਾ 'ਚ ਅਵੇਅਰਨੈਸ ਇੰਨੀ ਨਹੀਂ ਹੈਗੀ ਆ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜੀਸਸ ਕ੍ਰਾਈਸਟ ਦੀ ਸ਼ਹੀਦੀ ਨੂੰ ਤਾਂ ਦੇਖਿਆ ਜਾਂਦਾ ਪਰ ਸਾਡੇ ਆਪਣੇ ਜਿਹੜੇ 7-7 9-9 ਸਾਲ ਦੇ ਬੱਚੇ ਦੁਆਰਾ ਚਲਾਏ ਗਏ ਜੁਝਾਰੂ ਜਿਹੜੇ ਕਿ ਵਾਰ 'ਚ ਚਮਕੌਰ ਦੀ ਵਾਰ 'ਚ ਸ਼ਹੀਦ ਹੋਏ ਉਹ ਮੈਸੇਜ ਜਿਹੜਾ ਬਹੁਤ ਇੰਪੋਰਟੈਂਟ ਹੈ। ਅੱਜ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਕਿ ਜਿੱਥੇ ਵੀ ਉਹ ਕੰਮ ਕਰਦੇ ਨੇ ਉੱਥੇ ਦੂਸਰੀਆਂ ਕੌਮਾਂ ਨੂੰ ਇਸ ਚੀਜ਼ ਦਾ ਅਵੇਅਰ ਕੀਤਾ ਜਾਏ। ਇੰਨੀ ਇੱਕ ਬੇਨਤੀਆਂ ਕਰਦਾ ਹੋਇਆ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਦਿਨਾਂ 'ਚ ਸਿੱਖ ਪਿੱਛੋਂ ਸੈਂਟਰ ਪਹੁੰਚ ਕੇ ਸ਼ਹੀਦਾਂ ਦੀ ਯਾਦ 'ਚ ਜਿਹੜੇ ਸਹਿਜ ਪਾਠ ਚੱਲ ਰਹੇ ਨੇ ਜ਼ਰੂਰ ਪਾਰਟੀਸਪੇਟ ਕਰੋ ਔਰ ਆਪਣੇ ਨਾਲ ਹੋਰ ਵੀ ਦੂਜੀ ਕੌਮਾਂ ਨੂੰ ਵੀ ਨਾਲ ਲੈ ਕੇ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।